ਕਹਿੰਦੇ ਨੇ ਸ਼ੌਂਕ ਦੀ ਕੋਈ ਇੰਤਿਹਾਨ ਨਹੀਂ ਕਿਸੇ ਨੂੰ ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਂਕ ਹੈ ਤੇ ਕਿਸੇ ਨੂੰ ਕਰੰਸੀ ਨੋਟਾਂ ਦਾ ਕਿਸੇ ਨੂੰ ਅਖਬਾਰਾਂ ਦੀਆਂ ਕਤਰਨਾ ਰਸਾਲੇ ਅਤੇ ਕਿਸੇ ਨੂੰ ਸਿੱਕੇ ਜੋੜਨ ਦਾ ਸ਼ੌਂਕ ਹੈ ਪਰ ਜੇ ਇਹ ਸਾਰੇ ਸ਼ੌਂਕ ਇੱਕ ਹੀ ਵਿਅਕਤੀ ਨੂੰ ਹੋਣ ਤੇ ਉਹ ਵੀ ਜਨੂਨ ਦੀ ਹੱਦ ਤੱਕ ਤਾਂ ਹੈ ਨਾ ਇਹ ਹੈਰਾਨੀ ਵਾਲੀ ਗੱਲ ਜੀ ਹਾਂ ਇਹ ਸਾਰੇ ਸ਼ੌਂਕ ਹਨ ਜਲੰਧਰ ਨਿਵਾਸੀ ਅਤੇ ਪੇਸ਼ੇ ਤੋਂ ਇੰਜੀਨੀਅਰ ਸ਼੍ਰੀ ਸਤਵੀਰ ਸਿੰਘ ਵਿਰਦੀ ਨੂੰ ਦੁਨੀਆ ਦੇ ਹਰ ਦੇਸ਼ ਦੇ ਕਰੰਸੀ ਨੋਟ ਡਾਕ ਟਿਕਟਾਂ ਤੇ ਦੁਰਲਭ ਸਿੱਕਿਆਂ ਦਾ ਖਜ਼ਾਨਾ ਇਕੱਠਾ ਕੀਤਾ ਹੈ ਸਰਦਾਰ ਵਰਦੀ ਨੇ ਜੋ ਵਾਕਿਆ ਹੀ ਬੜੀ ਮਿਹਨਤ ਲਗਨ ਅਤੇ ਹੌਸਲੇ ਵਾਲਾ ਕੰਮ ਹੈ ਪ੍ਰਾਤਤਵ ਮਹੱਤਵ ਰੱਖਣ ਵਾਲੇ ਹਜ਼ਾਰਾਂ ਸਾਲ ਪੁਰਾਣੇ ਦੁਰਲਭ ਸਿੱਕੇ ਸਨ 1616 ਦਾ ਈਸਟ ਇੰਡੀਆ ਕੰਪਨੀ ਦਾ ਸਿੱਕਾ ਸਨ 1806 1818 1833 ਅਤੇ 400 ਸਾਲ ਪੁਰਾਣਾ ਸਿੱਖ ਰਾਜ ਦਾ ਅਨਮੋਲ ਸਿੱਕਾ ਜਿੰਨੂੰ ਵਿਰਦੀ ਸਾਹਿਬ ਆਪਣੀ ਕੀਮਤੀ ਜਾਇਦਾਦ ਮੰਨਦੇ ਹਨ ਕਈ ਸਿੱਕੇ ਤਾਂ ਇਤਨੇ ਪੁਰਾਣੇ ਹਨ ਕਿ ਉਹਨਾਂ ਬਾਰੇ ਬਹੁਤੀ ਜਾਣਕਾਰੀ ਵਿਰਦੀ ਸਾਹਿਬ ਨੂੰ ਵੀ ਨਹੀਂ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੁਰਾਣੇ ਆਪਣੇ ਸ਼ੌਂਕ ਬਾਰੇ ਵਿਰਦੀ ਸਾਹਿਬ ਦੱਸਦੇ ਹਨ ਇਸ ਸਟੈਂਪ ਕਲੈਕਸ਼ਨ ਤੇ ਕੋਇਨ ਕਲੈਕਸ਼ਨ ਦਾ ਸ਼ੌਕ ਮੈਨੂੰ 1960 ਚ ਹੋਇਆ ਉਸ ਵੇਲੇ ਮੈਂ ਬਰਮਾ ਦੇ ਵਿੱਚ ਸਾਂ ਮੇਰੇ ਨਾਲ ਕੁਝ ਸਟੂਡੈਂਟ ਫੋਰਨ ਦੇ ਪੜ੍ਹਦੇ ਸਹਾ ਮੈਂ ਸੇਂਟ ਪੌਲ ਸਕੂਲ ਚ ਪੜ੍ਹਦਾ ਸਾਂ ਉਸ ਵੇਲੇ ਤੋਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸ਼ੌਂਕ ਤੋਂ ਦੇਖ ਕੇ ਮੈਂ ਆਪਣਾ ਹੌਲੀ ਹੌਲੀ ਇਹਦਾ ਕਲੈਕਸ਼ਨ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਕੁਝ ਮੇਰੇ ਦੋਸਤ ਮੈਂ ਇੰਡੀਆ ਚ ਸੰਚਾਰਣ ਦੇ ਚਾਏ ਆ ਉਹਦੇ ਵਿੱਚ ਮੈਂ ਆਪਣੇ ਕਈ ਦੋਸਤ ਦੇਖੇ ਔਰ ਯੂਗਾਂਡਾ ਤੋਂ ਵੀ ਕਈ ਬੰਦੇ ਮੇਰੇ ਫਰੈਂਡਸ ਆਏ ਉਹਨਾਂ ਨੇ ਵੀ ਮੈਨੂੰ ਕੁਝ ਕੁਆਇਨਸ ਦਿੱਤੇ ਜਿਸ ਨਾਲ ਮੇਰਾ ਹੋਰ ਉੱਛਾ ਹੋਈ ਤੇ ਕੁਆਇਨਸ ਤੇ ਸਟੈਮ ਕਲੈਕਸ਼ਨ ਦੀ ਮੇਰੀ ਹੋਰ ਤਾਂਗ ਹੋਈ ਤੇ ਮੈਂ ਇਸ ਨੂੰ ਕਹ ਬਤਾ ਸਕਦਾ ਹਾਂ ਤੇ ਹਾਰੇ ਮੈਂ ਇਸ ਜੀਪੀਓ ਦਾ ਮੈਂਬਰ ਵੀ ਹਾਂ ਤੇ ਉਸ ਤੋਂ ਮੈਨੂੰ ਕਾਫੀ ਹਰ ਮਹੀਨੇ ਅچھے ਮਿਲ ਜਾਂਦੇ ਆਂ ਚਾਰ ਮਹੀਨੇ ਬਾਅਦ ਮੈਨੂੰ ਨਵੀਆਂ ਤੇ ਨਵੀਆਂ ਦੀ ਇੰਡੀਆ ਦੇ ਫੋਰਚਨ ਇੱਕ ਕੁਆਇਨਸ ਇੰਡਸਟਰੀ ਹੈ ਕਿ ਇੰਡਸਟਰੀ ਕਰੀ ਕਮਿਸਟਿਕ ਕਰ ਕੇ ਜਿਹੜੇ ਚਾਰ ਫੋਰ ਜੀ ਪ੍ਰਾਈਵੇਟ ਇੰਡਸਟਰੀ ਦੇ ਅੰਦਰ ਔਰ ਉਹ ਵਿਸ਼ਾ ਫੋਰਨ ਜਾਂਦੇ ਤੋਂ ਫੋਰਨ ਜਾਂਦੇ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਮੇਰੇ ਲਈ ਕਰੰਸੀ ਦੇ ਕੋਇਨਸ ਲੈ ਕੇ ਆਓ ਔਰ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਇਸ ਵਿੱਚ ਔਰ ਕੁਝ ਇੱਕ ਮੇਰੇ ਅਸਿਸਟੈਂਟ ਮੇਰੇ ਦੋਸਤ ਅਜੇ ਇੰਡਸਟਰੀਅਲ ਇੰਟਰਸਟ ਅਜੇ ਕੁਮਾਰ ਆਲਸੋ ਉਹ ਵੀ ਮੈਨੂੰ ਕਾਫੀ ਉਹਨਾਂ ਨੇ ਕੋਇਨ ਦਿੱਤੇ ਆ ਤਕਰੀਬਨ ਵਰਲਡ ਵਿੱਚ ਦੋਨਾਂ ਨੇ ਟਰੈਵਲ ਕੀਤਾ ਤੇ ਦੋਨਾਂ ਨੇ ਹੀ ਮੈਨੂੰ ਕੋਇਨਸ ਲਿਆ ਲਿਆ ਕੇ ਦਿੱਤੇ ਆ ਕੁਝ ਮੇਰੇ ਲੋਕਸ ਫਰੈਂਡਸ ਜਾਨੂ ਪਛਾਣੂ ਜਿਹੜੇ ਜਲੰਧਰ ਦੇ ਐ ਕੁਸ਼ਮਰਸਰ ਦੇ ਦਿੱਲੀ ਦੇ ਉੱਥੋਂ ਹੀ ਮੈਨੂੰ ਕਈ ਕਾਫੀ ਕੁਆਇਨਸ ਮਿਲੇ ਐ ਸਟੈਂਪਸ ਮਿਲੇ ਐ ਆਈ ਗਾਟ ਮਨ ਸਨ ਐਂਡ ਮਨ ਡਾਟਰ ਮਾਈ ਡਾਟਰ ਇਜ਼ ਬੀਐਸਸੀ ਐਂਡ ਬੀ ਇੰਗਲਿਸ਼ ਐਂਡ ਪੰਜਾਬੀ ਮਾਈ ਸਨ ਇਜ਼ ਐ ਇਲੈਕਟ੍ਰੋਨਿਕ ਇੰਜੀਨੀਅਰ ਲੇਕਿਨ ਫਿਰ ਹਾਲ ਐਟ ਐਟ ਦ ਪ੍ਰੈਸੈਂਟ ਮੂਮੈਂਟ ਉਹਨਾਂ ਨੂੰ ਜਿਆਦਾ ਸ਼ੌਂਕ ਨਹੀਂ ਐ ਇਸ ਚੀਜ਼ ਦਾ ਮੇਰੇ ਬੇਟੇ ਨੂੰ ਇਹ ਕਲੈਕਸ਼ਨ ਤੇ ਮੈਂ ਬਹੁਤ ਜ਼ਿਆਦਾ ਕਰ ਲਈ ਐ ਲੇਕਿਨ ਹੋ ਸਕਦਾ ਹੈ ਕਿ ਕੁਝ ਟਾਈਮ ਪਾ ਕੇ ਉਸ ਚੀਜ਼ ਨੂੰ ਸਮਝਣਗੇ ਕਿ देयर इज अ ਵੈਲਿਊਏਬਲ ਆਈਟਮ ਉਹਨਾਂ ਦੀ ਪਤਨੀ ਅਤੇ ਪਰਿਵਾਰ ਨੂੰ ਉਹਨਾਂ ਦਾ ਇਹ ਸ਼ੌਂਕ ਬਹੁਤਾ ਪਸੰਦ ਨਹੀਂ ਕਨੈਕਸ਼ਨ ਤੇ ਵਾਕੇ ਬਾਰੇ ਵਿਚਾਰ ਤੇ ਮੇਰੇ ਕੋਈ ਮਤਲਬ ਠੀਕ ਹੈ ਗਿਆ ਜਦੋਂ ਜਿਹੜੀ ਅੱਛੀ ਚੀਜ਼ ਆ ਉਹ ਤੇ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਇੱਕ ਬੇਟੀ ਵਾਸਤੇ ਵੱਖਰਾ ਤੇ ਬੇਟੇ ਵਾਸਤੇ ਵੱਖਰਾ ਵੀ ਮਤਲਬ ਕਰ ਦਿਓ ਕਿਉਂਕਿ ਬੇਟੀ ਨੂੰ ਆਪਾਂ ਤੇ ਇਹ ਚੀਜ਼ ਦਵਾਂਗੇ ਨਾ ਚੀਜ਼ਾਂ ਪਰ ਜਿਹੜੀਆਂ ਸਟੈਂਪ ਨਵੀਆਂ ਆ ਰਹੀਆਂ ਅੱਜਕੱਲ੍ਹ ਨਾਨੇ ਮਤਲਬ ਮੈਂਬਰ ਹੈਗੇ ਆ ਜੀਪੀਓ ਦੇ ਉਹਦੇ ਬਾਰੇ ਮੈਨੂੰ ਥੋੜਾ ਜਿਆ ਹੁੰਦਾ ਕਿ ਜਿਹੜੇ ਐਨੇ ਪੈਸੇ ਉੱਥੇ ਮਤਲਬ ਵੇਸਟ ਕਰਦੇ ਹੋ ਉਹਦੇ ਨਾਲ ਤਾਂ ਤੁਸੀਂ ਕੋਈ ਸੋਨਾ ਵਗੈਰਾ ਖਰੀਦਿਆ ਹੁੰਦਾ ਕਿੰਨਾ ਮਹਿੰਗਾ ਹੋਇਆ ਸੀ ਤੇ ਕੋਈ ਕਮ ਸੇ ਕਮ ਅਸੀਂ ਕੁਝ ਕਾਰ ਵੀ ਪਾਉਂਦੇ ਉਹਦਾ ਕੋਈ ਸ਼ੱਕ ਨਹੀਂ ਇਹ ਜਿਹੜੀ ਕਲੈਕਸ਼ਨ ਹੈ ਕਾਫੀ ਕੋਸਟਲੀ ਹੈ ਔਰ ਇਹਦੀ ਸੰਭਾਲ ਬੜੀ ਹੋਣੀ ਚਾਹੀਦੀ ਹੈ ਕਿਥੋਂ ਤੱਕ ਕਿ ਮੈਨੂੰ ਕਈ ਵਾਰੀ ਪਤਾ ਜਿੱਥੋਂ ਲੱਗਦਾ ਕਿ ਕੌਇਨਸ ਇੱਥੇ ਮਿਲਦੇ ਆ ਔਰ ਬੜੇ ਕੀਮਤੀ ਕੌਮ ਦੇ ਮੈਂ ਅਪਰੋਚ ਕਰਦਾ ਹਾਂ ਜਿਸ ਤਰ੍ਹਾਂ ਕਿ ਮੇਰੇ ਕੋਈ ਗਲੂਬਲ ਹੈਗਾ 1910 ਦਾ ਹੈ ਔਰ ਤਕਰੀਬਨ ਉਸ ਨੂੰ ਮੈਂ ਕਿੰਨੀ ਵਾਰੀ ਅਪਰੋਚ ਕਰਕੇ ਅਖੀਰ ਤੇ ਵਿੱਚ ਮੈਂ ਉਹਨੂੰ 500 ਰੁਪਏ ਦੇ ਕੇ ਉਹਨੂੰ ਪਰਚੇਸ ਕੀਤਾ ਉਹ ਜਲੰਧਰ ਦਾ ਹੀ ਕੋਈ ਡੀਲਰ ਸੀ ਜਿਸ ਨੇ ਮੈਨੂੰ ਇਸ ਚੀਜ਼ ਦਾ ਸੇਲ ਕੀਤਾ ਬਾਕੀ ਇੱਥੋਂ ਤੱਕ ਕਿ ਮੈਨੂੰ ਕਈ ਵਾਰੀ ਸਟੈਂਪਸ ਲੈਣ ਤੇ ਕੋਇਨਸ ਲੈਣ ਦੀ ਇਵਨ ਤੱਕ ਦਿੱਲੀ ਹਰਿਆਣਾ ਕਈ ਜਗ੍ਹਾ ਤੇ ਮੈਨੂੰ ਜਾਣਾ ਵੀ ਪੈਂਦਾ ਰਿਹਾ ਔਰ ਮੈਂ ਕਲੈਕਸ਼ਨ ਜਿੱਥੋਂ ਪਤਾ ਲੱਗਦੀ ਹੈ ਐਕਟਰ ਮੈਂ ਅਪਰੋਚ ਜੁੜ ਕੀਤੀ ਵੀ ਹੈ। ਇਸ ਤੋਂ ਇਲਾਵਾ ਵਿਰਦੀ ਸਾਹਿਬ ਕੋਲ ਵੱਖ-ਵੱਖ ਦੇਸ਼ਾਂ ਦੀਆਂ ਕਰੀਬ 4000 ਡਾਕ ਟਿਕਟਾਂ ਵੱਖ-ਵੱਖ ਦੇਸ਼ਾਂ ਦੇ 350 ਤੋਂ ਜ਼ਿਆਦਾ ਕਰੰਸੀ ਨੋਟ ਜਿਨ੍ਹਾਂ ਵਿੱਚ 1910 ਦਾ ਰਸ਼ੀਅਨ ਰੂਬਲ ਅਤੇ ਤੁਰਕੀ ਦਾ ਇੱਕ 2 ਲੱਖ ਰੁਪਏ ਦਾ ਪੁਰਾਣਾ ਨੋਟ ਵੀ ਸ਼ਾਮਲ ਹੈ। ਵਿਰਦੀ ਸਾਹਿਬ ਨੇ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਅੰਗਰੇਜ਼ੀ ਅਖਬਾਰ ਵੀ ਵਰਦੀ ਸਾਹਿਬ ਨੇ ਬੜੇ ਪਿਆਰ ਨਾਲ ਜिल्ਦਾਂ ਚੜਾ ਕੇ ਹੁਣ ਤੱਕ ਸੰਭਾਲ ਕੇ ਰੱਖੇ ਨੇ ਸਰਦਾਰ ਸਤਵੀਰ ਸਿੰਘ ਵਰਦੀ ਨੇ ਅਜੇ ਤੱਕ ਲਿੰਪਕਾ ਜਾਂ ਗਿਨੈਸ ਬੁੱਕ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਉਹ ਆਪਣੇ ਸ਼ੌਂਕ ਨਾਲ ਕੋਈ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਹਨ ਦੂਰਦਰਸ਼ਨ ਸਮਾਚਾਰ ਕਹਿੰਦੇ ਨੇ ਸ਼ੌਂਕ ਦੀ ਕੋਈ ਇੰਤਿਹਾਨ ਨਹੀਂ ਕਿਸੇ ਨੂੰ ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਂਕ ਹੈ ਤੇ ਕਿਸੇ ਨੂੰ ਕਰੰਸੀ ਨੋਟਾਂ ਦਾ ਕਿਸੇ ਨੂੰ ਅਖਬਾਰਾਂ ਦੀਆਂ ਕਤਰਨਾ ਰਸਾਲੇ ਅਤੇ ਕਿਸੇ ਨੂੰ ਸਿੱਕੇ ਜੋੜਨ ਦਾ ਸ਼ੌਕ ਹੈ ਪਰ ਜੇ ਇਹ ਸਾਰੇ ਸ਼ੌਕ ਇੱਕ ਹੀ ਵਿਅਕਤੀ ਨੂੰ ਹੋਣ ਤੇ ਉਹ ਵੀ ਜਨੂਨ ਦੀ ਹੱਦ ਤੱਕ ਤਾਂ ਹੈ ਨਾ ਇਹ ਹੈਰਾਨੀ ਵਾਲੀ ਗੱਲ ਜੀ ਹਾਂ ਇਹ ਸਾਰੇ ਸ਼ੌਕ ਹਨ ਜਲੰਧਰ ਨਿਵਾਸੀ ਅਤੇ ਪੇਸ਼ੇ ਤੋਂ ਇੰਜੀਨੀਅਰ ਸ਼੍ਰੀ ਸਤਵੀਰ ਸਿੰਘ ਵਰਦੀ ਨੂੰ ਦੁਨੀਆਂ ਦੇ ਹਰ ਦੇਸ਼ ਦੇ ਕਰੰਸੀ ਨੋਟਾਂ ਡਾਕ ਟਿਕਟਾਂ ਤੇ ਦੁਰਲਭ ਸਿੱਕਿਆਂ ਦਾ ਖਜ਼ਾਨਾ ਇਕੱਠਾ ਕੀਤਾ ਹੈ ਸਰਦਾਰ ਵਿਰਦੀ ਨੇ ਜੋ ਵਾਕਿਆ ਹੀ ਬੜੀ ਮਿਹਨਤ ਲਗਨ ਅਤੇ ਹੌਸਲੇ ਵਾਲਾ ਕੰਮ ਹੈ ਪ੍ਰਾਤਤਵ ਮਹੱਤਵ ਰੱਖਣ ਵਾਲੇ ਹਜ਼ਾਰਾਂ ਸਾਲ ਪੁਰਾਣੇ ਦੁਰਲਭ ਸਿੱਕੇ ਸਨ 1616 ਦਾ ਇਸਟ ਇੰਡੀਆ ਕੰਪਨੀ ਦਾ ਸਿੱਕਾ ਸਨ 1806 1818 1833 ਅਤੇ 400 ਸਾਲ ਪੁਰਾਣਾ ਸਿੱਖ ਰਾਜ ਦਾ ਅਨਮੋਲ ਸਿੱਕਾ ਜਿਹਨੂੰ ਵਿਰਦੀ ਸਾਹਿਬ ਆਪਣੀ ਕੀਮਤੀ ਜਾਇਦਾਦ ਮੰਨਦੇ ਹਨ ਕਈ ਸਿੱਕੇ ਤਾਂ ਇਤਨੇ ਪੁਰਾਣੇ ਹਨ ਕਿ ਉਹਨਾਂ ਬਾਰੇ ਬਹੁਤੀ ਜਾਣਕਾਰੀ ਵਰਦੀ ਸਾਹਿਬ ਨੂੰ ਵੀ ਨਹੀਂ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੁਰਾਣੇ ਆਪਣੇ ਸ਼ੌਂਕ ਬਾਰੇ ਵਰਦੀ ਸਾਹਿਬ ਦੱਸਦੇ ਹਨ ਇਸ ਸਟੈਂਪ ਕਲੈਕਸ਼ਨ ਤੇ ਕੋਇਨ ਕਲੈਕਸ਼ਨ ਦਾ ਸ਼ੌਕ ਮੈਨੂੰ 1960 ਚੋਇਆ ਉਸ ਵੇਲੇ ਮੈਂ ਬਰਮਾ ਦੇ ਵਿੱਚ ਸਾਂ ਮੇਰੇ ਨਾਲ ਕੁਝ ਸਟੂਡੈਂਟ ਫੋਰਨ ਦੇ ਪੜ੍ਹਦੇ ਸਾਂ ਮੈਂ ਸੇਂਟ ਪਾਲ ਸਕੂਲ ਚ ਪੜ੍ਹਦਾ ਸਾਂ ਉਸ ਵੇਲੇ ਤੋਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸ਼ੌਂਕ ਤੋਂ ਦੇਖ ਕੇ ਮੈਂ ਆਪਣਾ ਹੌਲੀ ਹੌਲੀ ਇਹਦਾ ਕਲੈਕਸ਼ਨ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਕੁਝ ਮੇਰੇ ਦੋਸਤ ਮੈਂ ਇੰਡੀਆ ਜੂ ਸੰਚੌਣ ਦੇ ਚਾਏ ਆ। ਉਹਦੇ ਵਿੱਚ ਮੈਂ ਆਪਣੇ ਕਈ ਦੋਸਤ ਦੇਖੇ। ਔਰ ਯੂਗਾਂਡਾ ਤੋਂ ਵੀ ਕਈ ਬੰਦੇ ਮੇਰੇ ਫਰੈਂਡਸ ਆਏ। ਉਹਨਾਂ ਨੇ ਵੀ ਮੈਨੂੰ ਕੁਝ ਕੌਇਨਸ ਦਿੱਤੇ ਜਿਸ ਨਾਲ ਮੇਰਾ ਹੋਰ ਉੱਛਾ ਹੋਈ ਤੇ ਕੌਇਨਸ ਤੇ ਸਟੈਂਪ ਕਲੈਕਸ਼ਨ ਦੀ ਮੇਰੀ ਹੋਰ ਤਾਂਗ ਹੋਈ ਤੇ ਮੈਂ ਇਸ ਨੂੰ ਕੰਮ ਨੂੰ ਬਤਾਂਦਾ ਗਿਆ ਬਤਾਂਦਾ ਗਿਆ। ਤੇ ਅਰੇ ਮੈਂ ਇਸ ਜੀਪੀਓ ਦਾ ਮੈਂਬਰ ਵੀ ਹੈਗਾ ਤੇ ਔਰ ਉਸ ਤੋਂ ਮੈਨੂੰ ਕਾਫੀ ਹਰ ਮਹੀਨੇ ਜਾਂ 6 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਮੈਨੂੰ ਸਟੈਂਪਸ ਨਵੀਆਂ ਤੋਂ ਨਵੀਆਂ ਜਿਹੜੀ ਇੰਡੀਆ ਦੀਆਂ ਉਹ ਪਹੁੰਚ ਜਾਂਦੀਆਂ ਇਹ ਕੋਇਨਸ ਦੀ ਮੇਰੀ ਮਦਦ ਕਰਨ ਲਈ ਕੁਝ ਮੇਰੇ ਬੜੇ ਫਰੈਂਡਸ ਹੈਗੇ ਆ ਪੁਰਾਣੇ ਕੁਝ ਮੇਰੇ ਇੰਡਸਟਰੀਸਟ ਵੀ ਹੈਗੇ ਆ ਮਿਸਟਰ ਅਜੀਤ ਕੁਮਾਰ ਸਿੱਕਾ ਹੈਗੇ ਜਿਹੜੇ ਸ਼ਾਰਫ ਹੋਲਿੰਗ ਪ੍ਰੈਵਲੈਂਟ ਤੇ ਰਹਿੰਦੇ ਆ ਔਰ ਉਹ ਮਿਸ਼ਰ ਫੋਰਨ ਜਾਂਦੇ ਜਦੋਂ ਵੀ ਫੋਰਨ ਜਾਂਦੇ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਮੇਰੇ ਲਈ ਕਰੰਸੀ ਤੇ ਕੌਇਨਸ ਲੈ ਕੇ ਆਓ ਔਰ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਔਰ ਕੁਝ ਇੱਕ ਮੇਰੇ ਇੰਡਸਟਰੀਅਲ ਸਟੇ ਮੇਰੇ ਦੋਸਤ ਮਿਸ਼ਰ ਅਜੇ ਇੰਡਸਟਰੀਅਲ ਮਿਸਟਰ ਜੇ ਕੁਮਾਰ ਆਲਸੋ ਉਹ ਵੀ ਮੈਨੂੰ ਕਾਫੀ ਉਹਨਾਂ ਨੇ ਕੌਇਨ ਦਿੱਤੇ ਆ ਤੇ ਤਕਰੀਬਨ ਵਰਲਡ ਦੇ ਵਿੱਚ ਦੋਨਾਂ ਨੇ ਟ੍ਰੈਵਲ ਕੀਤਾ ਤੇ ਦੋਨਾਂ ਨੇ ਹੀ ਮੈਨੂੰ ਕੌਇਨਸ ਗਿਆ ਲੈ ਕੇ ਦਿੱਤੇ ਆ ਕੁਝ ਮੇਰੇ ਲੋਕਸ ਫਰੈਂਡਸ ਜਾਨੂ ਪੇਸ਼ਾਨੂ ਜਿਹੜੇ ਜਲੰਧਰ ਦੇ ਐ ਕੁਸ਼ਮਰਸਰ ਦੇ ਐ ਕੋਈ ਦਿੱਲੀ ਦੇ ਐ ਉੱਥੋਂ ਵੀ ਮੈਨੂੰ ਕਹਿੰਦੀ ਕਾਫੀ ਕੌਇਨਸ ਮਿਲੇ ਐ ਸਟੈਂਪਸ ਮਿਲੇ ਐ ਆਈ ਗਾਟ ਵਨ ਸਨ ਐਂਡ ਵਨ ਡਾਟਰ ਮਾਈ ਡਾਟਰ ਇਜ਼ ਬੀএসসি ਐਂਡ ਬੀ ਇੰਗਲਿਸ਼ ਐਂਡ ਪੰਜਾਬੀ ਮਾਈ ਸਨ ਇਜ਼ ਐ ਇਲੈਕਟ੍ਰੋਨਿਕ ਇੰਜੀਨੀਅਰ ਲੇਕਿਨ ਫਿਰ ਹਾਲ ਐਟ ਐਟ ਦ ਪ੍ਰੈਜ਼ੈਂਟ ਮੂਮੈਂਟ ਉਹਨਾਂ ਨੂੰ ਇਹ ਇੰਨਾ ਸ਼ੌਕ ਨਹੀਂ ਐ ਇਸ ਚੀਜ਼ ਦਾ ਮੇਰੇ ਬੇਟੇ ਨੂੰ ਇੱਕ ਕਲੈਕਸ਼ਨ ਤੇ ਮੈਂ ਬਹੁਤ ਜ਼ਿਆਦਾ ਕਰ ਲਈ ਐ ਲੇਕਿਨ ਹੋ ਸਕਦਾ ਹੈ ਕਿ ਕੁਝ ਟਾਈਮ ਬਾਅਦ ਉਹ ਇਸ ਚੀਜ਼ ਨੂੰ ਸਮਝਣਗੇ ਕਿ देयर ਇਜ਼ ਅ ਵੈਲਿਊਅਬਲ ਆਈਟਮ ਉਹਨਾਂ ਦੀ ਪਤਨੀ ਅਤੇ ਪਰਿਵਾਰ ਨੂੰ ਉਹਨਾਂ ਦਾ ਇਹ ਸ਼ੌਂਕ ਬਹੁਤਾ ਪਸੰਦ ਨਹੀਂ। ਕਨੈਕਸ਼ਨ ਦੇ ਵਾਕਿ ਬਾਰੇ ਵਿਚਾਰ ਤੇ ਮੇਰੇ ਕੋਈ ਮਤਲਬ ਠੀਕ ਹੈ ਜਦੋਂ ਜਿਹੜੀ ਅੱਛੀ ਚੀਜ਼ ਆ ਉਹ ਤੇ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਇੱਕ ਬੇਟੀ ਵਾਸਤੇ ਵੱਖਰਾ ਤੇ ਬੇੜੇ ਵਾਸਤੇ ਵੱਖਰਾ ਵੀ ਮਤਲਬ ਉਹ ਕਰਦੇ ਹੋ ਕਿਉਂਕਿ ਬੇਟੀ ਨੂੰ ਆਪਾਂ ਦੇ ਹਿੱਜ ਦੇਵਾਂਗੇ ਅੰਨਾਂ ਚੀਜ਼ਾਂ। ਪਰ ਜਿਹੜੀਆਂ ਸਟੈਂਪ ਨਵੀਆਂ ਆ ਰਹੀਆਂ ਅੱਜਕੱਲ ਇਹਨਾਂ ਨੇ ਮਤਲਬ ਮੈਂਬਰ ਹੈਗੇ ਆ ਜੀਪੀਓ ਦੇ ਉਹਦੇ ਬਾਰੇ ਮੈਨੂੰ ਥੋੜਾ ਜਿਆ ਹੁੰਦਾ। ਕਿ ਜਿਹੜੇ ਐਨੇ ਪੈਸੇ ਉੱਥੇ ਮਤਲਬ ਵੇਸਟ ਕਰਦੇ ਹੋ ਉਹਦੇ ਅੰਦਾਜ਼ਾ ਤੁਸੀਂ ਕੋਈ ਸੋਨਾ ਵਗੈਰਾ ਖਰੀਦਿਆ ਹੁੰਦਾ ਕਿੰਨਾ ਮਹਿੰਗਾ ਹੋਇਆ ਸੀ ਤੇ ਕੋਈ ਕਮ ਸੇ ਕਮ ਅਸੀਂ ਕੁਝ ਘਰ ਵੀ ਪਾਉਂਦੇ ਉਹਦਾ ਕੋਈ ਸ਼ੱਕ ਨਹੀਂ ਇਹ ਜਿਹੜੀ ਕਲੈਕਸ਼ਨ ਹੈ ਕਾਫੀ ਕੋਸਟਲੀ ਹੈ ਔਰ ਇਹਦੀ ਸੰਭਾਲ ਬੜੀ ਹੋਣੀ ਚਾਹੀਦੀ ਹੈ ਕਿਥੋਂ ਤੱਕ ਕਿ ਮੈਨੂੰ ਕਈ ਵਾਰੀ ਪਤਾ ਜਿੱਥੋਂ ਲੱਗਦਾ ਕਿ ਕੌਇਨਸ ਇੱਥੇ ਮਿਲਦੇ ਆ ਔਰ ਬੜੇ ਕੀਮਤੀ ਕੌਇਨਸ ਮੈਂ ਅਪਰੋਚ ਕਰਦਾ ਹੈਗਾ ਜਿਸ ਤਰ੍ਹਾਂ ਕਿ ਮੇਰੇ ਕੋਈ ਗਰੂਬਲ ਹੈਗਾ 1910 ਦਾ ਹੈ ਔਰ ਤਕਰੀਬਨ ਉਸ ਦੂ ਮੈਂ ਕਿੰਨੀ ਵਾਰੀ ਅਪਰੋਚ ਕਰਕੇ ਅਖੀਰ ਤੇ ਵਿੱਚ ਮੈਂ ਉਹਨੂੰ 500 ਰੁਪਏ ਦੇ ਕੇ ਉਹਨੂੰ ਪਰਚੇਸ ਕੀਤਾ ਉਹ ਜਲੰਧਰ ਦਾ ਹੀ ਕੋਈ ਡੀਲਰ ਸੀ ਜਿਸ ਨੇ ਮੈਨੂੰ ਇਸ ਚੀਜ਼ ਦਾ ਸੇਲ ਕੀਤਾ ਬਾਕੀ ਇੱਥੋਂ ਤੱਕ ਕਿ ਮੈਨੂੰ ਕੋਈ ਵਾਰੀ ਸਟੈਂਪਸ ਲੈਣ ਲਈ ਕויਨਸ ਲੈਣ ਲਈ ਈਵਨ ਤੱਕ ਦਿੱਲੀ ਹਰਿਆਣਾ ਕਈ ਜਗ੍ਹਾ ਤੇ ਮੈਨੂੰ ਜਾਣਾ ਵੀ ਪੈਂਦਾ ਰਿਹਾ ਔਰ ਮੈਂ ਕਲੈਕਸ਼ਨ ਜਿੱਥੋਂ ਪਤਾ ਲੱਗਦੀ ਹੈ ਐਕਟਰ ਮੈਂ ਅਪਰੋਚ ਜੁਰ ਕੀਤੀ ਹੈ ਇਸ ਤੋਂ ਇਲਾਵਾ ਵਰਦੀ ਸਾਹਿਬ ਕੋਲ ਵੱਖ-ਵੱਖ ਦੇਸ਼ਾਂ ਦੀਆਂ ਕਰੀਬ 4000 ਡਾਕ ਟਿਕਟਾਂ ਵੱਖ-ਵੱਖ ਦੇਸ਼ਾਂ ਦੇ 350 ਤੋਂ ਜ਼ਿਆਦਾ ਕਰੰਸੀ ਨੋਟ ਜਿਨ੍ਹਾਂ ਵਿੱਚ 1910 ਦਾ ਰਸ਼ੀਅਨ ਰੂਪਲ ਅਤੇ ਤੁਰਕੀ ਦਾ ਇੱਕ 2 ਲੱਖ ਰੁਪਏ ਦਾ ਪੁਰਾਣਾ ਨੋਟ ਵੀ ਸ਼ਾਮਲ ਹੈ ਵਰਦੀ ਸਾਹਿਬ ਨੇ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਅੰਗਰੇਜ਼ੀ ਅਖਬਾਰ ਵੀ ਵਰਦੀ ਸਾਹਿਬ ਨੇ ਬੜੇ ਪਿਆਰ ਨਾਲ ਜਿਲਦਾਂ ਚੜਾ ਕੇ ਹੋਂ ਤੱਕ ਸੰਭਾਲ ਕੇ ਰੱਖੇ ਨੇ ਸਰਦਾਰ ਸਤਵੀਰ ਸਿੰਘ ਵਰਦੀ ਨੇ ਅਜੇ ਤੱਕ ਲਿੰਕਾ ਜਾਂ ਗਿਨਿਸ ਬੁੱਕ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਉਹ ਆਪਣੇ ਇਸ ਸ਼ੌਕ ਨਾਲ ਕੋਈ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਹਨ ਦੂਰਦਰਸ਼ਨ ਸਮਾਚਾਰ ਲਈ ਜਲੰਧਰ ਤੋਂ ਰਕੇਸ਼ ਸੂਰੀ